ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਭਾਜਪਾ ਨੇ ਗੱਠਜੁੜ ਦੀ ਮਰਿਆਦਾ ਨਹੀਂ ਨਿਭਾਈ ਹੈ, ਜਦਕਿ ਅਕਾਲੀ ਦਲ ਨੇ ਹਮੇਸ਼ਾ ਗੱਠਜੁੜ ਦੀ ਭਾਈਵਾਲ ਭਾਜਪਾ ਦਾ ਸਾਥ ਦਿੱਤਾ ਹੈ। ਉਹਨਾਂ ਕਿਹਾ ਕਿ ਭਾਜਪਾ ਨੇ ਹਰਿਆਣਾ ਤੋਂ ਅਕਾਲੀ ਦਲ ਦੇ ਇੱਕੋ ਇੱਕ ਵਿਧਾਇਕ ਬਲਕਾਰ ਸਿੰਘ ਕਾਲੇਵਾਲੀ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਨਾ ਸਿਰਫ ਅਕਾਲੀ ਦਲ ਨਾਲ ਵਿਸ਼ਵਾਸਘਾਤ ਕੀਤਾ ਹੈ, ਸਗੋਂ ਹਰਿਆਣਾ ਵਿਧਾਨ ਸਭਾ ਚੋਣਾਂ ਸੰਬੰਧੀ ਅਕਾਲੀ ਦਲ ਨਾਲ ਕੀਤੇ ਵਾਅਦੇ ਤੋਂ ਵੀ ਭਾਜਪਾ ਮੁੱਕਰ ਗਈ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਲੰਮੇ ਸਮੇਂ ਤੋਂ ਚੱਲ ਰਿਹਾ ਪੁਰਾਣਾ ਰਿਸ਼ਤਾ ਹੈ, ਜਿਸ ਤਹਿਤ ਉਹਨਾਂ ਨੇ ਕਈ ਚੋਣਾਂ ਭਾਜਪਾ ਨਾਲ ਰਲ ਕੇ ਲੜੀਆਂ ਹਨ। ਹਾਲ ਹੀ ਵਿੱਚ ਹੋਈਆਂ ਸੰਸਦੀ ਚੋਣਾਂ ਵਿੱਚ ਵੀ ਭਾਜਪਾ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਗਿਆ। ਉਹਨਾਂ ਸਪਸ਼ਟ ਕੀਤਾ ਹੈ ਕਿ ਹਰਿਆਣਾ 'ਚ ਭਾਜਪਾ ਨਾਲ ਗੱਠਜੋੜ ਨਹੀਂ ਰੱਖਣਗੇ, ਬਾਕੀ ਦਿੱਲੀ ਅਤੇ ਪੰਜਾਬ ਵਿੱਚ ਉਹਨਾਂ ਦਾ ਗੱਠਜੋੜ ਉਸੇ ਤਰ੍ਹਾਂ ਹੀ ਕਾਇਮ ਰਹੇਗਾ। ਦੇਖੋ, ਇੱਕ ਮਰਿਆਦਾ ਹੁੰਦੀ ਹੈ ਰਿਲੇਸ਼ਨਸ਼ਿਪ ਦੀ। ਜਿਹੜਾ BJP ਨੇ ਸਾਡੇ MLA ਨੂੰ, ਸਿਟਿੰਗ MLA ਨੂੰ ਜੁਆਇਨ ਕਰਾਇਆ ਹੈ, ਇਟ ਇਜ਼ ਅਨਐਥੀਕਲ ਐਂਡ ਉਹ ਮਰਿਆਦਾ ਪੰਖੀ ਦੀ ਹੈ। ਸੋ ਸ਼੍ਰੋਮਣੀ ਅਕਾਲੀ ਦਲ ਹੈਜ਼ ਡਿਸਾਈਡਿਡ ਕਿ ਹਰਿਆਣੇ 'ਚ ਅਸੀਂ ਇਕੱਲੇ ਲੜਾਂਗੇ। ਨਹੀਂ, ਪੰਜਾਬ ਸਾਡੀ ਅਲਾਇੰਸ ਹੈ, ਕੋਈ ਪੰਜਾਬ 'ਚ ਕੋਈ ਪ੍ਰੋਬਲਮ ਨਹੀਂ। ਪੰਜਾਬ ਅਤੇ ਦਿੱਲੀ 'ਚ ਸਾਡੀ ਅਲਾਇੰਸ ਪੂਰੀ ਕਾਇਮ ਹੈ। ਦੇਖੋ, ਗੱਲ ਹੈ ਕਿ ਸਾਡੀ ਅਲਾਇੰਸ ਪਹਿਲੇ ਵੀ ਨਹੀਂ ਸੀ, ਪਰ ਸਾਡੇ ਨਾਲ ਕਮਿਟਮੈਂਟ ਸੀ, ਅਸੀਂ ਪੁਰਾਣੇ ਉਹਨਾਂ ਦੇ ਸਾਥੀ ਹੈ। ਫਿਰ ਵੀ ਜਿਹੜਾ ਕੰਮ ਕੀਤਾ ਸਟਰੋਂਗਲੀ ਕੰਡੈਮੇਬਲ ਹੈ। ਕੋਈ ਜਿਹੜੇ ਸਪੈਸ਼ਲੀ ਇੱਕ ਉਸ ਪਾਰਟੀ ਨਾਲ ਜਿਸ ਪਾਰਟੀ ਨੇ ਉਹਨਾਂ ਨਾਲ ਪੂਰੀ ਜ਼ਿੰਦਗੀ ਸਾਥ ਦਿੱਤਾ, ਉਸ ਪਾਰਟੀ ਨਾਲ ਇਹਦਾ ਕੰਮ ਕਰਨਾ ਵਿਚ ਇਜ਼ ਵੈਰੀ ਅਨਫੋਰਚੁਨੇਟ ਐਂਡ ਸਟਰੋਂਗਲੀ ਕੰਡੈਮ ਕਰਦੀ ਸਾਡੀ ਪਾਰਟੀ। ਮੈਂ ਕੁਛ ਨਹੀਂ ਕਹਿ ਸਕਦਾ। ਉੱਧਰ ਇਸ ਮਾਮਲੇ 'ਤੇ ਜਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਪੱਤਰਕਾਰਾਂ ਨੂੰ ਕੋਈ ਵੀ ਜਵਾਬ ਦੇਣਾ ਮੁਨਾਸਿਬ ਨਹੀਂ ਸਮਝਿਆ। ਅੰਮ੍ਰਿਤਸਰ ਤੋਂ ਡਾਕਟਰ ਰਜਿੰਦਰ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।